ਆਵਾਜ਼ੇ ਕੌਮ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਪਿਆਰ ਭਈ ਸਤਿ ਸ਼੍ਰੀ ਅਕਾਲ। ਅਸੀਂ ਪਹੁੰਚੇ ਹਾਂ ਤਹਿਸੀਲ ਜੀਰਾ ਦੇ ਨਾਲ ਲੱਗਦੇ ਪਿੰਡ ਸੰਧੇਲ ਦੇ ਵਿੱਚ, ਜਿੱਥੇ ਇੱਕ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਗਈ ਆ। ਤੁਸੀਂ ਹਰ ਰੋਜ਼ ਵੇਖਦੇ ਹੋ ਕੋਈ ਨੌਜਵਾਨ ਨਸ਼ੇ ਦੀ ਡੋਜ ਦੇ ਨਾਲ ਮਰ ਰਹੇ ਨੇ, ਕੁਝ ਕਿਸਾਨ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਨੇ। ਇਹ ਵੀ ਕਿਸਾਨ ਥੋੜ੍ਹੇ ਸਮੇਂ ਤੋਂ ਦਿੱਲੀ ਦੇ ਸੰਘਰਸ਼ ਤੋਂ ਘਰ ਆਇਆ ਸੀ, ਘਰ ਆਣ ਕੇ ਕਰਜ਼ੇ ਤੋਂ ਤੰਗ ਰਹਿੰਦਾ ਸੀ ਅਤੇ ਇਹਨੇ ਆਤਮ ਹੱਤਿਆ ਕਰ ਲਈ ਗਈ ਆ। ਆਓ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਪਰਿਵਾਰ ਦੇ ਮੈਂਬਰਾਂ ਦੇ ਨਾਲ। ਜਿਵੇਂ ਕਰਮਜੀਤ ਸਿੰਘ ਸਾਬਕਾ ਸਰਪੰਚ ਪਿੰਡ ਸੁਨੇਹ ਦਾ ਵਸਨੀਕ ਹੈ ਜੀ। ਇਹ ਨਿੰਦਰ ਸਿੰਘ ਜੋ ਕਿ ਮਤਲਬ ਛੋਟਾ ਕਿਸਾਨ ਸੀਗਾ ਜੀ, ਛੋਟਾ ਕਿਸਾਨ ਹੋਣ ਕਾਰਨ ਲੜਕੀਆਂ ਦੀਆਂ ਸ਼ਾਦੀਆਂ ਦੇ ਕਾਰਨ ਪੈਸੇ ਸਿਰ ਚੜ੍ਹੇ ਸੀ ਜੀ 12-14 ਲੱਖ ਰੁਪਈਆ। ਇਹਦੇ ਕਰਕੇ ਮਤਲਬ ਸੰਘਰਸ਼ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਉਂਦੇ ਸੀ ਅਤੇ ਮਤਲਬ ਪਰੇਸ਼ਾਨੀ 'ਚ ਰਹਿੰਦੇ ਸੀਗੇ। ਪਰੇਸ਼ਾਨੀ ਦੇ ਵਿੱਚ ਰਹਿਣ ਦੇ ਕਾਰਨ ਇਹਨਾਂ ਨੇ ਅੱਜ ਇੱਕ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ ਹੈ ਜੀ। ਅਸੀਂ ਮਤਲਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦੇ ਕਰਜ਼ਾ ਜਿਹੜਾ ਮਤਲਬ ਮਾਫ਼ ਕੀਤਾ ਜਾਵੇ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਨਿੰਦਰ ਸਿੰਘ ਜੀ ਸਾਡੇ ਕਿਸਾਨ ਯੂਨੀਅਨ ਦਾ ਬੰਦੇ ਸਿੰਘ ਸੀ, ਇਸ ਦੀ ਮੌਤ ਹੋ ਚੁੱਕੀ ਆ। ਦੋ ਇਹਦੀਆਂ ਲੜਕੀਆਂ ਸੀ, ਲੜਕੀਆਂ ਦੇ ਵਿਆਹ ਕੀਤੇ ਆ। ਇੱਕ ਲੜਕਾ ਸੀ, ਲੜਕੇ ਦਾ ਵਿਆਹ ਕੀਤਾ। ਉਹਦਾ ਕਰਜ਼ਾ 12 ਲੱਖ ਰੁਪਈਆ ਹੋ ਗਿਆ ਜੀ। ਉਹਦੇ ਪਰੇਸ਼ਾਨੀ 'ਚ ਰਹਿੰਦਾ ਸੀ। ਠਿੱਕਰੀ ਬਾਰਡਰ 'ਤੇ ਵੀ ਸਾਡੇ ਨਾਲ 10 ਦਿਨ ਲਾ ਕੇ ਆਇਆ, ਉੱਥੇ ਵੀ ਜਾਣੀ ਕਿ ਬੋਝ ਦੀਆਂ ਗੱਲਾਂ ਕਰੀ ਗਿਆ ਕਰਜ਼ੇ ਦੀਆਂ। ਆ ਕੇ ਇਹਨੇ ਜੀ ਅੱਜ ਮੌਤ ਹੋ ਗਈ ਆ, ਇਹ ਗੱਲ ਦੀ ਅਸੀਂ। ਹਾਂਜੀ, ਸਰਦਾਰ ਨਿੰਦਰ ਸਿੰਘ ਕਰਜ਼ੇ ਤੋਂ ਪਰੇਸ਼ਾਨ ਸੀਗਾ। ਸਰਦਾਰ ਨਿੰਦਰ ਸਿੰਘ ਕੋਲ 2 ਏਕੜ ਜ਼ਮੀਨ ਸੀ। ਇਹਨੇ ਪਹਿਲਾਂ ਲੜਕੀਆਂ ਦੇ ਵਿਆਹ ਕੀਤੇ, ਦੋਵਾਂ ਦੇ, ਇੱਕ ਲੜਕੇ ਦਾ ਵਿਆਹ ਕੀਤਾ। ਉਸ ਤਰ੍ਹਾਂ ਥੋੜ੍ਹਾ ਥੋੜ੍ਹਾ ਕਰਜ਼ਾ ਚੜ੍ਹਦਾ ਚੜ੍ਹਦਾ ਅਜੇ ਤੱਕ 12-14 ਲੱਖ ਰੁਪਈਆ ਕਰਜ਼ਾ ਹੋ ਗਿਆ। ਇਸ ਗੱਲੋਂ ਕੁਛ ਸਮੇਂ ਦਾ 10-20 ਦਿਨ ਦਾ ਪਰੇਸ਼ਾਨ ਰਹਿੰਦਾ ਸੀ ਅਤੇ ਅੱਜ ਇਹਨੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਅਤੇ ਆਤਮ ਹੱਤਿਆ ਕਰ ਲਈ ਜੀ। ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਜੀ, ਇਸ ਦਾ ਕਰਜ਼ਾ ਮਾਫ਼ ਕੀਤਾ ਜਾਏ। ਭਾਅ ਜੀ, ਮੇਰਾ ਨਾਮ ਹਰਪ੍ਰੀਤ ਸਿੰਘ ਪਿੰਡ ਸੁਨੇਰ, ਫਾਦਰ ਦਾ ਨਾਮ ਨਿੰਦਰ ਸਿੰਘ ਪਿੰਡ ਸੁਨੇਰ। ਇੱਕ ਕਰਜ਼ਾ ਚੜ੍ਹ ਗਿਆ ਸਾਡੇ ਸਿਰ ਜੀ, ਉਹ ਮਹਿੰਗਾਈ ਕਾਰਨ, ਅਤੇ ਹੁਣ ਸਾਨੂੰ ਕਰਜ਼ਾ ਲੈਣੇ ਸਾਡੇ 2 ਏਕੜ ਸਾਡੇ ਕੋਲ ਜ਼ਮੀਨ ਆ, ਵੀ ਜੋ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡਾ ਕਰਜ਼ਾ ਮਾਫ਼ ਕੀਤਾ ਜਾਵੇ। ਅੱਜ ਕਿਸਾਨ ਨਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਪਿੰਡ ਸੁਨੇਰ, ਉਮਰ ਕਰੀਬ 57 ਸਾਲ ਨੇ, ਆਪਣੇ ਖੇਤ ਵਿੱਚ ਜਾ ਕੇ ਸਲਫਾਹ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਹੈ, ਜਿਸ ਦੇ ਉੱਪਰ ਕਰੀਬ 12 ਲੱਖ ਰੁਪਏ ਦਾ ਕਰਜ਼ਾ ਸੀ। ਜਿਸ ਦੇ ਲੜਕੇ ਦਾ ਬਿਆਨ ਲਿਖ ਕੇ ਕਾਰਵਾਈ ਅਧੀਨ ਧਾਰਾ 174 CRPC ਤਹਿਤ ਅਮਲ ਵਿੱਚ ਲਿਆਂਦੀ ਜਾ ਰਹੀ ਹੈ।